ਡਾਕਟਰ ਨਰਿੰਦਰ ਸਿੰਘ ਕਪੂਰ ਦਾ ਲੇਖ ਠੰਡੀ ਕਲਾ ਚੜਦੀ ਕਲਾ ਦਾ ਬਾਕੀ ਦਾ ਹਿੱਸਾ ਠੰਡੀ ਕਲਾ ਸਾਡੀ ਸਾਰਿਆਂ ਦੀ ਸਾਂਝੀ ਸਮੱਸਿਆ ਹੈ ਇਸ ਵਿੱਚੋਂ ਨਿਕਲਣ ਵਾਸਤੇ ਸਾਂਝੇ ਯਤਨ ਕਰਨੇ ਪੈਣਗੇ ਠੰਡੀ ਕਲਾ ਹਨੇਰੇ ਦਾ ਖੂਹ ਹੈ ਜਦ ਕਿ ਚੜਦੀ ਕਲਾ ਆਪਣੇ ਆਪ ਚ ਡੂੰਗੇ ਤੇ ਬੁਲੰਦ ਭਰੋਸੇ ਦਾ ਨਾਮ ਹੈ ਠੰਡੀ ਕਲਾ ਇੱਕ ਰੋਗ ਹੈ ਚੜਦੀ ਕਲਾ ਦਾ ਇਲਾਜ ਹੈ ਤੈਂਦੀ ਕਲਾਈ ਇਸ ਲਈ ਉਪਜਦੀ ਹੈ ਕਿਉਂਕਿ ਅਸੀਂ ਆਪਣੀ ਸਰੀਰਕ ਮਾਨਸਿਕ ਤੇ ਆਤਮਿਕ ਸ਼ਕਤੀ ਨੂੰ ਸੰਭਾਲਦੇ ਨਹੀਂ ਤੇ ਸ਼ਕਤੀ ਤਾਨੇ ਮੇਣੇ ਨਿੰਦਾ ਸਾੜੇ ਈਰਖਾ ਦੇ ਛੇਕਾਂ ਰਹੀਂ ਤੇ ਬਦਲਾ ਲੈਣ ਤੇ ਸਬਕ ਸਿਖਾਉਣ ਜੀਆਂ ਘਰਾੜਾ ਰਹੀਂ ਡੁੱਲ ਜਾਂ ਵਗ ਜਾਂਦੀ ਹੈ ਤੇ ਜੀਵਨ ਨੂੰ ਉਤਸ਼ਾਹ ਦੇਣ ਵਾਲੀ ਇਸ ਸ਼ਕਤੀ ਦੇ ਵਗਣ ਨਾਲ ਅਸੀਂ ਜਵਾਨੀ ਜੀ ਅਣ ਅੱਕ ਥੱਕ ਜਾਂਦੇ ਹਾਂ ਪੁਰਾਣੇ ਸਮਿਆਂ ਚ ઋષਿ मुनि ਆਪਣੀ ਇਸ ਸ਼ਕਤੀ ਨੂੰ ਇਕੱਤਰ ਤੇ ਇਕਾਗਰ ਕਰਨ ਲਈ ਸਮਾਧੀ ਲਾਉਂਦੇ ਸਨ ਆਪਣੀ ਉਪਜਾਊ ਸ਼ਕਤੀ ਵਧਾਉਣ ਲਈ ਲੋੜ ਹੈ ਕਿ ਅਸੀਂ ਚੁੱਪ ਰਹਿਣ ਲਈ ਸਮਾਂ ਕੱਢੀਏ ਦੂਜਿਆਂ ਦੀ ਪਰਵਾਨਗੀ ਦਾ ਲਾਲਚ त्याਗੀਏ ਤੇ ਗੁੱਸੇ ਤੇ ਵਿਰੋਧ ਨੂੰ ਤਿਆਗ ਕੇ ਉਦਾਸੀ ਤੇ ਟੈਂਦੀ ਕਲਾ ਦਾ ਇਲਾਜ ਕਰੀਏ ਮੇਰੇ ਅਧਿਆਪਕਿਆ ਕਰਦੇ ਸਨ ਕਿਸੇ ਨਾਲ ਲੜਨ ਨਾਲ ਅਸੀਂ ਆਪ ਵਧੇਰੇ ਥੱਕਦੇ ਹਾਂ ਜੇ ਲੜਨਾ ਹੈ ਤਾਂ ਸਿਆਣੇ ਬੰਦੇ ਨਾਲ ਲੜੋ ਜੇ ਸਿਆਣੀ ਬੰਦੇ ਨਾਲ ਲੜਾਈ ਹੋਈ ਜਾਏ ਤਾਂ ਪਛਤਾਵੇ ਤੋਂ ਬਚਣ ਲਈ ਉਸ ਦੇ ਹੱਥੋਂ ਹਾਰੋ ਉਹ ਕਿਆ ਕਰਦੇ ਸਨ ਚੜਦੀ ਕਲਾ 'ਚ ਰਹਿਣ ਲਈ ਡਰੋ ਘਟ ਆਸ ਵਧ ਕਰੋ ਖਾਓ ਘਟ ਚਬਾਓ ਵਧ ਸ਼ਿਕਾਇਤ ਘਟ ਧੰਨਵਾਦ ਵਧ ਕਰੋ ਬੋਲੋ ਘਟ ਕਹੋ ਵਧੇਰੇ ਕਿਉਂਕਿ ਜਿੰਨਾ ਘਟ ਬੋਲੋਗੇ ਉਹਨਾਂ ਵਧੇਰੇ ਧਿਆਨ ਨਾਲ ਸੁਣੇ ਜਾਓਗੇ ਉਹ ਕਹਿੰਦੇ ਸਨ ਪੁਰਾਣੀਆਂ ਗਲਤੀਆਂ ਨਾ ਦੁਹਰਾਓ ਜੇ ਕਰਨੀਆਂ ਹਨ ਤਾਂ ਨਵੀਆਂ ਗਲਤੀਆਂ ਕਰੋ ਤਜਰਬਾ ਵਿਸ਼ਾਲ ਹੋਏਗਾ ਸੋਚੋ ਜਦੋਂ ਵੀ ਆਨੰਦ ਜਾਂ ਸੁੱਖ ਮਿਲਿਆ ਸੀ ਤਾਂ ਕੀ ਹੋਇਆ ਸੀ ਕਿਸੇ ਨੂੰ ਜ਼ਰੂਰ ਕੁਝ ਦਿੱਤਾ ਹੋਏਗਾ ਦਾਨ ਜਾਂ ਹਮਦਰਦੀ ਸਹਾਇਤਾ ਸਹਿਯੋਗ ਜਾਂ ਸਹਿਮਤੀ ਕੁਝ ਦੇ ਕੇ ਹੀ ਪ੍ਰਸੰਨ ਹੋਏ ਹੋਗੇ ਅਸੀਂ ਜਦੋਂ ਵੀ ਪ੍ਰਸੰਨ ਹੁੰਨੇ ਆ ਉਸ ਵੇਲੇ ਕੁਝ ਦਿੱਤਾ ਹੁੰਦਾ ਸੋ ਉਸ ਵੇਲੇ ਕੁਝ ਲੈਣ ਦੀ ਇੱਛਾ ਨਹੀਂ ਹੁੰਦੀ ਇੱਛਾਵਾਂ ਤੋਂ ਮੁਕਤ ਅਨੁਭਵ ਵਾਲੇ ਪਲਾਂ ਨੂੰ ਹੀ ਪ੍ਰਸੰਨਤਾ ਕਹਿੰਦੇ ਕਿਸੇ ਨੂੰ ਵੀ ਕੁਝ ਦੇਣਾ ਚੜਦੀ ਕਲਾ ਦਾ ਲੱਛਣ ਹੁੰਦਾ ਹੈ ਮਨੁੱਖ ਨੂੰ ਜਦੋਂ ਵੀ ਜਿੱਥੇ ਵੀ ਚੜਦੀ ਕਲਾ ਦੀ ਜਾਗ ਲੱਗਦੀ ਹੈ ਉਹ ਦੁੱਖਾਂ ਤਕਲੀਫਾਂ ਵਿੱਚੋਂ ਸ਼ਾਂਤ ਮਨ ਨਾਲ ਜੂਝ ਕੇ ਪਾਰ ਲੰਘ ਜਾਂਦਾ ਹੈ ਉਦਾਹਰਨ ਵਜੋਂ ਵੇਖੋ RAM ਨਾਲ ਕੀ ਵਾਪਰਿਆ ਪਿਤਾ ਸੁਰਗਵਾਸ ਹੋ ਗਏ ਬਨਵਾਸ ਕਾਰਨ RAM ਪਿਤਾ ਕੋਲ ਜਾ ਨਹੀਂ ਸਕਦੇ ਸੀ ਪਤਨੀ ਨੂੰ ਰਾਵਣ ਚੁੱਕ ਕੇ ਲੈ ਗਿਆ ਸੀ ਲਛਮਨ ਜ਼ਖਮੀ ਹੋਇਆ ਪਿਆ ਸੀ ਸਮੁੱਚਾ ਵਾਤਾਵਰਨ ਢੰਦੀ ਕਲਾ ਵਾਲਾ ਸੀ ਪਰ ਰਾਮਚੜ ਦੀ ਕਲਾ ਚ ਰਹੀ ਗੁਰੂ ਗੋਬਿੰਦ ਸਿੰਘ ਨਾਲ ਕੀ ਵਾਪਰਿਆ ਸਾਥੀ ਬੇਦਾਵਾ ਦੇ ਗਏ ਸਨ ਅਨੰਦਪੁਰ ਛੱਡਣਾ ਪਿਆ ਸੀ ਸਰਸਾ ਨਦੀ ਨੇ ਪਰਿਵਾਰ ਨੂੰ ਛੋੜ ਦਿੱਤਾ ਸੀ ਪੁੱਤਰ ਚਮਕੌਰ ਤੇ ਸਰਹੰਦ ਚ ਸ਼ਹੀਦ ਹੋ ਚੁੱਕੇ ਸਨ ਗੁਰੂ ਜੀ ਨੇ ਅਤੀਤ ਤੇ ਨਹੀਂ ਆਪਣੀ ਟੇਕ ਭਵਿੱਖ ਤੇ ਰੱਖੀ ਉਹਨਾਂ ਨੇ ਸੰਕਟ ਦੀਆਂ ਘੜੀਆਂ ਚ ਹੌਸਲਾ ਵਿਖਾਇਆ ਮਿੱਤਰ ਪਿਆਰੇ ਨੂੰ ਯਾਦ ਕੀਤਾ ਤੇ ਚੜਦੀ ਕਲਾ 'ਚ ਰਹੇ ਤੇ ਇਕੱਲਿਆਂ ਹੀ ਪੰਥ ਖੜਾ ਕਰ ਦਿੱਤਾ ਹੌਸਲਾ ਹਰ ਗੁਣ ਦਾ ਤੁਰਾ ਤੇ ਕੇਂਦਰੀ ਤੱਤ ਹੁੰਦਾ ਹੈ ਇਸ ਦੀ ਹਰ ਸੰਕਟ 'ਚ ਪਰਖ ਹੁੰਦੀ ਹੈ ਸੰਕਟ 'ਚ ਵਿਖਾਈ ਹੌਸਲੇ ਦੇ ਪੱਖੋਂ ਇੱਕ ਛੋਟਾ ਜਿਹਾ ਪਿੰਡ ਸਾਰਾ ਗੜੀ ਇਤਿਹਾਸ ਦੇ ਪੰਨਿਆਂ 'ਚ ਬੜੀ ਵੱਡੀ ਥਾਂ ਮੱਲੀ ਬੈਠਾ ਸਾਰਾ ਗੜੀ ਦੇ ਇਤਿਹਾਸ ਸਿਰਜਣ ਵਾਲੀ ਲੜਾਈ ਉਪਰੰਤ ਸਿੱਖ ਰਜਿਮੈਂਟਾਂ ਦਾ ਨਾਮ ਸੂਰਬੀਰਤਾ ਚੜ੍ਹਦੀ ਕਲਾ ਤੇ ਸਿੱਖ ਸਰਦਾਰ ਨਾਲ ਜੁੜ ਗਿਆ ਚੜ੍ਹਦੀ ਕਲਾ ਦਾ ਪ੍ਰਤੀਕ ਸ਼ਬਦ ਸਰਦਾਰ ਪੰਜਾਬੀਆਂ ਨੇ ਅਫਗਾਨਾਂ ਤੋਂ ਪ੍ਰਾਪਤ ਕੀਤਾ ਨਾਦਰ ਸ਼ਾਹ ਤੇ ਅਮਰ ਸ਼ਾਹ ਦੇ ਹਮਲਿਆਂ ਦੌਰਾਨ ਸਿੰਘਾਂ ਦੀਆਂ ਅਫਗਾਨਾਂ ਨਾਲ ਮੁਠ ਭੇੜਾਂ ਹੁੰਦੀਆਂ ਰਹਿੰਦੀ ਸਿੱਖ ਬਹਾਦਰ ਸ ਪਰ ਸਿੱਖ ਅਫਗਾਨਾਂ ਦੀ ਬਹਾਦਰੀ ਦੇ ਕਾਇਲ ਵੀ ਸਨ ਅਫਗਾਨ ਆਪਣੀ ਟੁਕੜੀ ਦੇ ਮੁਖੀ ਨੂੰ ਸਰਦਾਰ ਕਹਿੰਦੇ ਸਨ ਸਿੱਖਾਂ ਨੇ ਅਫਗਾਨਾਂ ਦਾ ਇਹ ਸ਼ਬਦ ਬਹਾਦਰ ਸਿੱਖ ਲਈ ਵਰਤਣਾ ਆਰੰਭ ਕੀਤਾ ਜਦੋਂ ਕਿ ਸਧਾਰਨ ਸਿੱਖ ਨੂੰ ਭਾਈ ਕਿਹਾ ਜਾਂਦਾ ਸੀ ਅੰਗਰੇਜ਼ਾਂ ਨੇ ਸਰਦਾਰ ਦਾ ਖਿਤਾਬ ਦੇਣਾ ਆਰੰਭ ਕਰਕੇ ਇਸ ਸ਼ਬਦ ਦਾ ਸਤਕਾਰ ਹੋਰ ਵੀ ਵਧਾ ਦਿੱਤਾ ਸੀ ਜਿਹੜਾ ਘੋਰ ਸੰਕਟ ਵਿੱਚ ਵੀ ਚੜ੍ਹਦੀ ਕਲਾ 'ਚ ਰਹੇ ਉਹਨੂੰ ਸਰਦਾਰ ਕਹਿੰਦੇ ਹਨ ਸਰਦਾਰ ਇਕੱਲਾ ਵੀ ਢੀੜ ਨਾਲ ਲੜ ਸਕਦਾ ਹੈ ਸਰਦਾਰ ਮਰ ਜਾਏਗਾ ਪਰ ਮੈਦਾਨ 'ਚ ਦੌੜੇਗਾ ਨਹੀਂ ਕਿਉਂਕਿ ਸਰਦਾਰ ਨੇ ਗੁਰੂ ਗੋਬਿੰਦ ਸਿੰਘ ਦੀ ਸ਼ਾਬਾਸ਼ ਲੈਣੀ ਹੁੰਦੀ ਹੈ ਸਮਾਜ ਨੂੰ ਤੰਦਰੁਸਤ ਤੇ ਤਗੜਾ ਕਰਨ ਦਾ ਕਾਰਜ ਚੜ੍ਹਦੀ ਕਲਾ ਵਾਲੇ ਹੀ ਕਰਦੇ ਹਨ ਢੈਂਦੀ ਕਲਾ ਵਾਲਿਆਂ ਨੇ ਅਜੇ ਤੱਕ ਨਾ ਕੋਈ ਕਾੜ ਕੱਢੀ ਹੈ ਨਾ ਕਿਸੇ ਕੰਮ ਦਾ ਨਵਾਂ ਢੰਗ ਤਰੀਕਾ ਸਿਰਜਿਆ ਨਾ ਹੀ ਕੋਈ ਸਮੱਸਿਆ ਹੱਲ ਕੀਤੀ ਹੈ ਨਾ ਹੀ ਕੋਈ ਨਵਾਂ ਵਿਚਾਰ ਦਿੱਤਾ ਹੈ ਚੜ੍ਹਦੀ ਕਲਾ ਵਾਲੇ ਬਹੁਤੀਆਂ ਹਾਲਤਾਂ ਵਿੱਚ ਸਹੀ ਸਾਬਤ ਹੁੰਦੇ ਹਨ ਜਦ ਕਿ ਢੈਂਦੀ ਕਲਾ ਵਾਲੇ ਵਿਅਕਤੀ ਸਾਰੀਆਂ ਹਾਲਤਾਂ ਵਿੱਚ ਗਲਤ ਸਾਬਤ ਹੁੰਦੇ ਹਨ ਆਪਣੇ ਕਰਤੱਵ ਦਾ ਪਾਲਣ ਕਰਨ ਵਾਲਾ ਮਨੁੱਖ ਸਮਾਜ ਜਾਂ ਸੰਸਾਰ ਨਾਲ ਅਸੰਤੁਸ਼ਟ ਹੋ ਹੀ ਨਹੀਂ ਸਕਦਾ ਢੈਂਦੀ ਕਲਾ ਵਾਲੇ ਵਿਅਕਤੀ ਗੁੰਝਲਦਾਰ ਹੁੰਦੇ ਹਨ ਜਦ ਕਿ ਚੜ੍ਹਦੀ ਕਲਾ ਵਾਲੇ ਬੰਦੇ ਪ੍ਰਸੰਨ ਖੁੱਲੇ ਸਿੱਧੇ ਸਪਸ਼ਟ ਹੁੰਦੇ ਹਨ ਤੇ ਰਿਸ਼ਤਿਆਂ ਦੇ ਟੁੱਟ ਜਾਣ ਦਾ ਮਾਤਮ ਦੋਸਤੀਆਂ ਦੇ ਮੁੱਕ ਜਾਣ ਦਾ ਸੋਗ ਵਿਛੋੜਿਆਂ ਦੀ ਚੀਜ਼ ਰੁਸ ਕੇ ਚਲੇ ਗਿਆ ਦਾ ਸੰਤਾਪ ਖਿੜੇ ਮੱਥੇ ਬਰਦਾਸ਼ਤ ਕਰਦੇ ਹਨ ਇਹ ਡੋਲਦੇ ਨਹੀਂ ਸਥਿਰ ਰਹਿੰਦੇ ਹਨ ਤੁਹਾਡੀਆਂ ਸ਼ਿਕਾਇਤਾਂ ਕਿੰਨੀਆਂ ਪੁਰਾਣੀਆਂ ਹਨ ਉਹਨਾਂ ਤੋਂ ਪਤਾ ਲੱਗੇਗਾ ਤੁਹਾਡੇ ਵਿੱਚ ਮਾਫ਼ ਕਰਨ ਤੇ ਅੰਡਿਤ ਕਰਨ ਤੇ ਚੜ੍ਹਦੀ ਕਲਾ 'ਚ ਰਹਿਣ ਦੀ ਸ਼ਕਤੀ ਕਿੰਨੀ ਹੈ ਮੇਰੀ ਪਤਨੀ ਦੀ ਇੱਕ ਵਿਦਿਆਰਥਣ ਵਿਆਹ ਮਗਰੋਂ ਕੁਝ ਮਹੀਨਿਆਂ ਵਿੱਚ ਹੀ ਵਿਧਵਾ ਹੋ ਗਈ ਉਹ ਦੱਸ ਰਹੀ ਸੀ ਮੈਂ ਉਦਾਸ ਹਾਂ ਮੇਰੇ ਦਿਲ ਨੂੰ ਡੋਪ ਪੈਂਦੇ ਹਨ ਉਹਨੂੰ ਕਿਹਾ ਗਿਆ ਤੂੰ ਵਿਆਹ ਕਰਵਾ ਲੈ ਕਹਿਣ ਲੱਗੀ ਐਵੇਂ ਲੋਕ ਚੰਗਾ ਨਹੀਂ ਸਮਝਣਗੇ ਜਦੋਂ ਪੁੱਛਿਆ ਕਿ ਹੁਣ ਲੋਕ ਚੰਗਾ ਸਮਝਦੇ ਹਨ ਕੈਨ ਲੱਗੀ ਹੁਣ ਲੋਕ ਹੁਣ ਲੋਕ ਸੋਚਦੇ ਹਨ ਕਿ ਮੈਂ ਇੱਕ ਚੰਗੀ ਇਸਤਰੀ ਹਾਂ ਇਹ ਦੁਚਿੱਤੀ ਦੀ ਸਥਿਤੀ ਹੈ ਲੋਕਾਂ ਦੀਆਂ ਨਜ਼ਰਾਂ 'ਚ ਉਹ ਚੰਗੀ ਹੈ ਪਰ ਉਹਨੂੰ ਆਪਣੀਆਂ ਨਜ਼ਰਾਂ 'ਚ ਆਪਣੇ ਚੰਗੇ ਹੋਣ ਦਾ ਪ੍ਰਸੰਨ ਹੋਣ ਦਾ ਅਹਿਸਾਸ ਨਹੀਂ ਹੈ ਦੁਚਿੱਤੀ ਵਾਂਗ ਹੀ ਕਈ ਕਟਾਵਾਂ ਸਾਨੂੰ ਡਾਵਾ ਡੋਲ ਕਰਦੀਆਂ ਹਨ ਮੇਰੀ ਇੱਕ ਵਿਦਿਆਰਥਣ ਦੱਸ ਰਹੀ ਸੀ ਵਿਛੜਨ ਤੋਂ ਵੀ ਮਰੇ ਵਰੇ ਮਗਰੋਂ ਅਚਾਨਕ ਇੱਕ ਦਿਨ ਮੇਰੇ ਵਿਦਿਆਰਥੀ ਜੀਵਨ 'ਚ ਰਹਿ ਚੁੱਕੇ ਪ੍ਰੇਮੀ ਦਾ ਖੱਤਾ ਆਇਆ ਲਿਖਿਆ ਸੀ ਬੜੀ ਯਾਦ ਆਉਂਦੀ ਹੈ ਮੈਂ ਇੱਕ ਵਾਰੀ ਮਿਲਣਾ ਚਾਹਣਾ ਸੋਚਿਆ ਜਵਾਬ ਦੇਵਾਂ ਕਿ ਨਾ ਕਈ ਦਿਨ ਮੈਂ ਸੋਚਦੀ ਰਹੀ ਉਹ ਪੁਰਾਣੀਆਂ ਯਾਦਾਂ ਜਾਗ ਪਈਆਂ ਜਦੋਂ ਮੈਂ ਹਰ ਵੇਲੇ ਇਹੀ ਸੋਚਿਆ ਕਰਦੀ ਸੀ ਕਿ ਉਹਨੂੰ ਚੰਗੀ ਲੱਗਣ ਵਾਸਤੇ ਮੈਂ ਕੀ ਪਹਿਨਾ ਕੀ ਬੋਲਾਂ ਪਰ ਇੱਕ ਦਿਨ ਉਹ ਅਚਾਨਕ ਮੇਰੇ ਰਾਹਾਂ 'ਚ ਟੁਰ ਗਿਆ ਉਹਦੇ ਇਸ ਵਿਹਾਰ ਕਾਰਨ ਮੈਂ ਟੈਂਡੀ ਕਲਾਜ 'ਚ ਆਤਮਕਾਤਵੀ ਕਰਨਾ ਚਾਹਿਆ ਸੀ ਪਰ ਜਦੋਂ ਖਤ ਆਇਆ ਤਾਂ ਮੈਂ ਕਈ ਦਿਨ ਭੁੱਲੀ ਰਹੀ ਕਿ ਹੁਣ ਮੈਂ 40 ਸਾਲ ਦੀ ਮੇਰਾ ਪਤੀ ਸੁਹਿਰਦ ਜ਼ਿੰਮੇਵਾਰਪੁਰਖ ਹੈ ਸਿਰ ਉੱਤੇ ਸੁਖਦਾਈ ਛੱਤ ਹੈ ਜੀਵਨ ਚ ਰੌਣਕ ਭਰਨ ਵਾਲੇ ਬੱਚੇ ਹਨ ਖਿਆਲ ਆਇਆ ਕਿ ਵੇਖਾਂ ਉਹ ਕਿਵੇਂ ਹੈ ਤੇ ਜਾਣਾ ਕਿ ਜੇ ਅਸੀਂ ਇਕੱਠੇ ਹੁੰਦੇ ਤਾਂ ਚੰਗੇ ਰਹਿੰਦੇ ਜੱਜਵੇਂ ਹੋਣਾ ਉਵੇਂ ਹੀ ਠੀਕ ਹੈ ਸੋਚਿਆ ਯਾਦ ਕਰਨ ਦਾ ਧੰਨਵਾਦ ਲਿਖਦੇ ਆਂ ਫਿਰ ਖਿਆਲ ਆਇਆ ਇੱਕ ਵਾਰੀ ਮਿਲਣ ਚ ਕੀ ਹਰਜ਼ ਹੈ ਪਰ ਮੈਂ ਫੈਸਲਾ ਨਾ ਕਰ ਸਕੀ ਇਹਨਾਂ ਦਿਨਾਂ 'ਚ ਇੱਕ ਦਿਨ ਅਚਾਨਕ ਮੇਰੇ ਪਤੀ ਨੇ ਘਰ ਆ ਕੇ ਪੱਗ ਲਾ ਕੇ ਆਪਣੇ ਨੰਗੇ ਸਿਰ ਨੂੰ ਢਕਣ ਲਈ ਸਿਰ ਉੱਤੇ ਮੇਰੀ ਚੁੰਨੀ ਲਪੇਟ ਲਈ। ਮੈਨੂੰ ਮਹਿਸੂਸ ਹੋਇਆ ਜਿਵੇਂ ਉਸ ਚੁੰਨੀ ਰਾਹੀਂ ਉਹਨੇ ਮੈਨੂੰ ਆਪਣੇ ਸਿਰ 'ਤੇ ਬਿਠਾ ਲਿਆ ਸੀ। ਉਹਦੇ ਅਜਿਹਾ ਕਰਨ ਨੇ ਮੇਰੀਆਂ ਸੋਚਾਂ 'ਚ ਧੁੰਦਲੇ ਅਤੀਤ ਦੀ ਥਾਂ ਸਪਸ਼ਟ ਭਵਿੱਖ ਸਜਾ ਦਿੱਤਾ। ਮੈਂ ਫੈਸਲਾ ਕਰ ਲਿਆ ਕਿ ਹੁਣ ਅਤੀਤ ਨਹੀਂ ਫਰੋਲਾਂਗੀ ਤੇ ਮੈਂ ਭਵਿੱਖ ਦੀਆਂ ਜ਼ਿੰਮੇਵਾਰੀਆਂ ਦੇ ਪੱਖ ਵਿੱਚ ਵੋਟ ਪਾ ਦਿੱਤੀ। ਜਦੋਂ ਮਨ ਫੈਸਲਾ ਕਰ ਲੇ ਤਾਂ ਮਨ ਸ਼ਾਂਤ ਹੋ ਜਾਂਦਾ ਹੈ ਜਦੋਂ ਮਨ ਟਲ ਫੈਸਲਾ ਕਰ ਲੇ ਤਾਂ ਮਨ ਨਿਸ਼ਚਿੰਤ ਹੋ ਜਾਂਦਾ ਹੈ ਆਪਣੀਆਂ ਖੁਸ਼ੀਆਂ ਨੂੰ ਪਰਿਵਾਰ ਤੋਂ ਵਾਰ ਦੇਣਾ ਚੜ੍ਹਦੀ ਕਲਾ ਦਾ ਸਬੂਤ ਹੁੰਦਾ ਹੈ ਜੇ ਪਰਿਵਾਰ ਨਾਲ ਹੋਵੇ ਤਾਂ ਮਨੁੱਖ ਹਰ ਮੁਸੀਬਤ ਦਾ ਸਾਹਮਣਾ ਕਰ ਲੈਂਦਾ ਹੈ ਤੇ ਜੇ ਨਾਲ ਨਾ ਹੋਵੇ ਤਾਂ ਪਰਿਵਾਰ ਹੀ ਮੁਸੀਬਤ ਬਣ ਜਾਂਦਾ ਹੈ ਜਿਸ ਰਿਸ਼ਤੇ 'ਚ ਪਰਸਪਰ ਸਤਿਕਾਰ ਨਹੀਂ ਹੁੰਦਾ ਉਸ ਰਿਸ਼ਤੇ ਨੂੰ ਝਗੜਾ ਕਹਿੰਦੇ ਹਨ ਪਰੰਪਰਾ ਦਾ ਅਧਿਕ ਪਖਪੂਰਨ ਵਾਂਗੀ ਪਰਿਵਰਤਨ ਦਾ ਵਿਰੋਧ ਕਰਨਾ ਵੀ ਝਗੜੇ ਦਾ ਆਧਾਰ ਬਣ ਜਾਂਦਾ ਹੈ ਪਰਿਵਰਤਨ ਦੁਖੀ ਕਰਦਾ ਹੈ ਪਰ ਪਰਿਵਰਤਨ ਤੋਂ ਮੂੰਹ ਮੋੜਨਾ ਦੁੱਖ ਨਾਲੋਂ ਵੀ ਵੱਡੀ ਨਿਰਾਸ਼ਾ ਉਪਜਾਉਂਦਾ ਹੈ ਜੀਵਨ 'ਚ ਦੁੱਖ ਲਾਜ਼ਮੀ ਹਨ ਪਰ ਦੁਖੀ ਹੋਣਾ ਆਪਸ਼ਨਲ ਹੈ ਤੈਂਦੀ ਕਲਾ ਵਿਅਕਤੀਗਤ ਅਨੁਭਵ ਹੈ ਰੂਣ ਵਰਗਾ ਜਦ ਕਿ ਚੜ੍ਹਦੀ ਕਲਾ ਸਾਂਝਾ ਅਨੁਭਵ ਹੈ ਜੋੜ ਮੇਲੇ ਵਰਗਾ ਵੇਖਿਆ ਗਿਆ ਕਿ ਹਰ ਕੋਈ ਸਵੇਰੇ 6 ਵਜੇ ਉੱਠਦਾ ਹੈ ਚੜਦੀ ਕਲਾ ਵਾਲਿਆਂ ਦੇ ਸਵੇਰੇ 5 ਵਜੇ 6 ਵਜੇ ਜੰਦੇ ਹਨ ਜਦ ਕਿ ਢੈਂਦੀ ਕਲਾ ਵਾਲਿਆਂ ਦੇ 9 ਵਜੇ 6 ਵਜੇ ਦੇ ਹਨ ਜਿਹੜੇ 9 ਵਜੇ ਜਾਗਦੇ ਹਨ ਉਹ ਕਿਸੇ ਦੀ ਸੇਵਾ ਨਹੀਂ ਕਰਨਗੇ ਉਹ ਹਰ ਕਿਸੇ ਤੋਂ ਸੇਵਾ ਕਰਵਾਉਣਗੇ ਚੜਦੀ ਕਲਾ ਖੁਸ਼ਹਾਲੀ ਦਾ ਵਸੀਲਾ ਹੈ ਤੁਹਾਨੂੰ ਕੋਈ ਅਜਿਹਾ ਵਿਅਕਤੀ ਨਹੀਂ ਲੱਭੇਗਾ ਜਿਹੜਾ ਚੜਦੀ ਕਲਾ ਝ ਹੋਵੇ ਤੇ ਗਰੀਬ ਹੋਵੇ ਜੀਵਨ ਲਈ ਧਨ ਜ਼ਰੂਰੀ ਹੈ ਆਪ ਕਮਾਓ ਤੇ ਸੰਭੋ ਕਿਉਂਕਿ ਧਨ ਸੇਤ ਸ਼ਕਤੀ ਇੱਜ਼ਤ ਤੇ ਸਵੈ ਮਾਨ ਦਾ ਆਧਾਰ ਹੈ ਤਾਂ ਦਿਨੋਂ ਹੋਂਦ ਵਿੱਚ ਉਹ ਗਰੀਬੀ ਬਿਮਾਰੀ ਨਿਰਾਸ਼ਤਾ ਕਮਜ਼ੋਰੀ ਤੇ ਬੇਇੱਜ਼ਤੀ ਉੱਪਜਦੀ ਹੈ ਸਵੇਰੇ ਸੈਰ ਕਰਨ ਨਾਲ ਹੀ ਚੜ੍ਹਦੀ ਕਲਾ ਦਾ ਆਰੰਭ ਹੋ ਜਾਂਦਾ ਹੈ ਨਿੰਦਾ ਮੁਕਤ ਤੇ ਪ੍ਰਸੰਨ ਚਿੱਤ ਹੋ ਕੇ ਸੈਰ ਕਰੋ ਸਰੀਰ ਤੇ ਮਨ ਦੋਵੇਂ ਵਧਾਈ ਦੇਣਗੇ ਟੈਂਦੀ ਕਲਾ 'ਚ ਕੁਝ ਟੁੱਟ ਜਾਂਦੇ ਹਨ ਕਈ ਮੁੜ ਚੜ੍ਹਦੀ ਕਲਾ 'ਚ ਹੋ ਕੇ ਸਾਰੇ ਰਿਕਾਰਡ ਤੋੜ ਦਿੰਦੇ ਹਨ ਚੜ੍ਹਦੀ ਕਲਾ ਵਾਲਾ ਸਾਰਾ ਸਬੰਧ ਸਾਡੇ ਕੋਲ ਹੈ ਕੁਦਰਤ ਨੇ ਸਭ ਕੁਝ ਮੁਫਤ ਦਿੱਤਾ ਹੋਇਆ ਹੈ ਚਾਹ ਤੇ ਰੀਜਨਲ ਜੀਓ ਜਿਵੇਂ ਬੱਤੀ ਜਗਣ ਨਾਲ ਚਾਨਣ ਦਾ ਹੜ ਆ ਜਾਂਦਾ ਓਵੇਂ ਤੁਹਾਡੀ ਹਾਜ਼ਰੀ ਨਾਲ ਚੜ੍ਹਦੀ ਕਲਾ ਦਾ ਭੰਬੜ ਵੱਲਣਾ ਚਾਹੀਦਾ ਹੈ ਅਸੀਂ ਆਪ ਹੀ ਚੜ੍ਹਦੀ ਕਲਾ 'ਚ ਨਹੀਂ ਹੋਣਾ ਆਪਣਾ ਪਰਿਵਾਰ ਤੇ ਸਮਾਜ ਨੂੰ ਵੀ ਚੜ੍ਹਦੀ ਕਲਾ 'ਚ ਕਰਨਾ ਤੇ ਚੜ੍ਹਦੀ ਕਲਾ ਦਾ ਵਾਤਾਵਰਨ ਉਸਾਰਨ ਹੈ ਆਲਸ त्याਗਣਾ ਹੈ ਹਿੰਮਤਾਂ ਪੈਨਣੀਆਂ ਹਨ ਹੁਣ ਤੋਂ ਮਗਰੋਂ ਜਦੋਂ ਵੀ ਕੋਈ ਪੁੱਛੇ ਕੀ ਹਾਲ ਹੈ ਗੱਜ ਕੇ ਕਹਿਣਾ ਹੈ ਚੜ੍ਹਦੀ ਕਲਾ ਧੰਨਵਾਦ